ਸੱਟ ਕਿਵੇਂ ਵੱਜੀ ਸਰ ਇਹ ਪੁਲਿਸ ਦੁਆਰਾ ਆਪਣੇ ਜਿਹੜੇ ਲਾਠੀ ਮਾਰੀ ਗਈ ਸਰ ਕਦੋਂ ਵੱਜੀ ਸਰ ਇਹ 10-15 ਮਿੰਟ ਪਹਿਲਾਂ ਪਿਛਲੇ ਬੈਰੀਕੇਡ ਤੇ ਸਰ ਜਦੋਂ ਅਸੀਂ ਕ੍ਰੋਸ ਕਰ ਰਹੇ ਸੀ ਤਾਂ ਉੱਥੇ ਪੁਲਿਸ ਦੁਆਰਾ ਸਾਡੇ ਜਿਹੜੀ ਲਾਠੀ ਮਾਰੀ ਗਈ ਸਾਡੀ ਬਸ ਇੱਕੋ ਮੰਗ ਹੈ ਸਾਨੂੰ ਜਲਦੀ ਤੋਂ ਜਲਦੀ ਜੁਆਇਨ ਕਰਾਇਆ ਜਾਏ ਅਸੀਂ ਦੋ ਟੈਸਟ ਦੇ ਚੁੱਕੇ ਹਾਂ ਹੁਣ ਅਸੀਂ ਅੱਕ ਚੁੱਕੇ ਹਾਂ ਇਹਨਾਂ ਨਾਲ ਮੀਟਿੰਗਾਂ ਕਰਕੇ ਬਹੁਤ ਮੀਟਿੰਗਾਂ ਹੋਈਆਂ ਨੇ ਸਿਰਫ ਲਾਰੇ ਹੀ ਮਿਲੇ ਨੇ ਲਾਰਿਆਂ ਤੋਂ ਇਲਾਵਾ ਸਾਨੂੰ ਕੁਛ ਵੀ ਨਹੀਂ ਮਿਲਿਆ ਕੀ ਨਾਮ ਹੈ ਤੁਹਾਡਾ ਅਸ਼ੋਕ ਕੁਮਾਰ ਸਰ ਜੀ ਕਿਹੜੇ ਪਿੰਡ ਤੋਂ ਨਕੇਰੀਆਂ ਸਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਜੋ ਸੀ ਐਮ ਸਾਹਿਬ ਪਹੁੰਚੇ ਨੇ ਤੁਹਾਡੇ ਵੱਲੋਂ ਰੋਸ਼ ਕੀਤਾ ਜਾ ਰਿਹਾ ਵਿਰੋਧ ਕੀਤਾ ਜਾ ਰਿਹਾ ਸਰ ਅਸੀਂ ਬਹੁਤ ਹੀ ਆਪਣਾ ਜਿਹੜਾ ਆਰਾਮਦਾਰੀ ਨਾਲ ਵਿਰੋਧ ਕਰ ਰਹੇ ਸੀਗੇ ਅਤੇ ਅਸੀਂ ਆਪਣਾ ਇੱਥੇ ਅੱਡੇ 'ਤੇ ਘੇਰਨ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਅਸੀਂ ਬੈਰੀਕੇਡ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੁਆਰਾ ਸਾਡੇ 'ਤੇ ਲਾਠੀ ਚਾਰਜ ਕੀਤਾ ਗਿਆ ਸਰ ਜਿਸ ਵਿੱਚ ਮੇਰੇ ਇੱਕ ਡਾਂਗ ਵੱਜ ਗਈ ਅਤੇ ਮੇਰੇ ਬਹੁਤ ਜ਼ਿਆਦਾ ਜਿਹੜਾ ਆਪਣਾ ਬਲੱਡ ਵਗੈਰਾ ਸਿਰ 'ਚੋਂ ਨਿਕਲਿਆ ਸਰ ਪੁਲਿਸ ਪ੍ਰਸ਼ਾਸਨ ਦੇਖੋ ਪਬਲਿਕ ਦੀ ਵੀ ਸਕਿਉਰਟੀ ਵਾਸਤੇ ਹੁੰਦੀ ਹੈ ਸੀ ਐਮ ਸਾਹਿਬ ਦੀ ਸਕਿਉਰਟੀ ਵਾਸਤੇ ਵੀ ਹੁੰਦੀ ਹੈ ਪਰ ਤੁਹਾਨੂੰ ਨਹੀਂ ਲੱਗਦਾ ਵੀ ਥੋੜ੍ਹਾ ਜਿਹਾ ਹੋਰ ਸਮਾਂ ਜਿਹੜਾ ਸੀ ਤੁਹਾਨੂੰ ਵੇਟ ਕਰ ਲੈਣੀ ਚਾਹੀਦੀ ਸੀ ਸਰ ਜਦੋਂ ਸਮਾਂ ਖਤਮ ਹੋਣ ਜਾ ਰਿਹਾ ਸਰ 4.5 ਸਾਲ ਹੋ ਗਏ ਸਾਨੂੰ ਵੇਟ ਕਰਦਿਆਂ ਨੂੰ ਮੈਂ ਅੱਜ ਦੀ ਗੱਲ ਕਰ ਰਿਹਾ ਸਰ ਹੋਰ ਕਿੰਨੀ ਦੇਰ ਵੇਟ ਕਰਦੇ ਜਦੋਂ ਮੁੱਖ ਮੰਤਰੀ ਸਾਹਿਬ ਇੱਥੋਂ ਹੋ ਕੇ ਚਲੇ ਜਾਂਦੇ ਉਸ ਤੋਂ ਬਾਅਦ ਅਸੀਂ ਇੱਥੇ ਆਉਂਦੇ ਉਸ ਤੋਂ ਬਾਅਦ ਸਾਨੂੰ ਕਿੰਨੇ ਪੁੱਛਣਾ ਸੀ ਸਰ ਜਿਸ ਤਰ੍ਹਾਂ ਮੀਟਿੰਗ ਦੇ ਦੌਰਾਨ ਜਿਹੜਾ ਕੀ ਹੈ ਸਰ ਸਾਡੀ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਲੇਕਿਨ ਸਾਡਾ ਅਜੇ ਤੱਕ ਵੀ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ ਸਰ ਕਿਉਂਕਿ ਸਾਡੀਆਂ ਸਰ ਪਿਛਲੇ 2 ਸਾਲਾਂ ਤੋਂ 2364 ਪੋਸਟਾਂ ਜੋ ਅਜੇ ਤੱਕ ਰੁਲ ਰਹੀਆਂ ਨੇ ਸਰ ਉਸ ਤੋਂ ਬਾਅਦ ਇਹਨਾਂ 635 ਸਰ ਗਵਰਨਮੈਂਟ ਨੇ ਇੱਕ ਸਾਡਾ ਟੈਟ ਦਾ ਟੈਸਟ ਰੱਖਿਆ ਟੀਚਰ ਐਲੀਜੀਬਲ ਟੈਸਟ ਜਦੋਂ ਸਰ ਅਸੀਂ ਉਹ ਕੁਆਲੀਫਾਈ ਕਰ ਗਏ ਉਸ ਤੋਂ ਬਾਅਦ ਗਵਰਨਮੈਂਟ ਨੇ ਸਾਨੂੰ ਪੋਸਟਾਂ ਦੀ ਅਨਾਊਂਸ ਕੀਤੀਆਂ ਸਰ ਅਸੀਂ ਉਹ ਸੈਕੰਡ ਟੈਸਟ ਵੀ ਆਪਣਾ ਕਲੀਅਰ ਕਰ ਗਏ ਉਸ ਤੋਂ ਬਾਅਦ ਵੀ ਸਾਨੂੰ ਜੁਆਇਨ ਨਹੀਂ ਕਰਾਇਆ ਜਾ ਰਿਹਾ ਦੱਸੋ ਸਰ ਅਸੀਂ ਵੀ ਕਿੱਥੇ ਜਾਈਏ ਸਾਡੇ 'ਚ ਕੀ ਯਾਨੀ ਕਿ ਕਮੀ ਹੈ ਜਦੋਂ ਗਵਰਨਮੈਂਟ ਦੋ ਟੈਸਟ ਲੈ ਕੇ ਵੀ ਸਾਨੂੰ ਜੁਆਇਨ ਨਹੀਂ ਕਰਾ ਰਹੀ ਦੇਰਾਂਗੇ ਜਿੰਨੀ ਦੇਰ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਸਰ ਸੱਟ ਕਿਵੇਂ ਵੱਜੀ ਸਰ ਇਹ ਪੁਲਿਸ ਦੁਆਰਾ ਆਪਣੇ ਜਿਹੜੇ ਲਾਠੀ ਮਾਰੀ ਗਈ ਸਰ ਕਦੋਂ ਵੱਜੀ ਸਰ ਇਹ 10-15 ਮਿੰਟ ਪਹਿਲਾਂ ਪਿਛਲੇ ਬੈਰੀਕੇਡ ਤੇ ਸਰ ਜਦੋਂ ਅਸੀਂ ਕ੍ਰੋਸ ਕਰ ਰਹੇ ਸੀ ਤਾਂ ਉੱਥੇ ਪੁਲਿਸ ਦੁਆਰਾ ਸਾਡੇ ਜਿਹੜੀ ਲਾਠੀ ਮਾਰੀ ਗਈ ਕੀ ਕਹੋਗੇ ਜੀ ਸਰ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਨਕਾਮੀ ਹੈਗੀ ਸਰਕਾਰ ਦੀ ਜਿਹੜੀ ਸਾਨੂੰ ਇੰਨੀ ਦੇਰ ਹੋ ਗਈ ਇਹਨਾਂ ਦੇ ਪਿੱਛੇ ਭੱਜਦਿਆਂ ਨੂੰ ਸਾਡੀਆਂ 2 ਵਾਰ ਪੋਸਟਾਂ ਅਨਾਊਂਸ ਕਰਤੀਆਂ 2 ਟੈਸਟ ਅਸੀਂ ਕਲੀਅਰ ਕਰ ਲਏ ਸਰ ਫਸਟ ਟੈਟ ਕਲੀਅਰ ਕਰ ਲਿਆ ਟੀਚਰ ਐਲੀਜੀਬਲ ਟੈਸਟ ਉਸ ਤੋਂ ਬਾਅਦ ਸੈਕੰਡ ਟੈਸਟ ਵੀ ਇਹਨਾਂ ਨੇ ਲਿਆ ਸਰ ਅਸੀਂ ਉਹ ਵੀ ਕਲੀਅਰ ਕਰ ਗਏ ਉਸ ਤੋਂ ਬਾਅਦ ਵੀ ਗਵਰਨਮੈਂਟ ਸਾਡੀ ਕਿਉਂ ਨਹੀਂ ਸੁਣਵਾਈ ਕਰ ਰਹੀ ਸਰ ਜੇਕਰ ਗੱਲ ਕੀਤੀ ਜਾਵੇ ਕਿੰਨੇ ਸਾਥੀ ਨੇ ਤੁਹਾਡੇ ਨਾਲ ਇਸ ਟਾਈਮ ਮੌਜੂਦ ਸਾਡੇ ਇਸ ਟਾਈਮ ਸਰ 500 ਤੋਂ 700 ਸਾਥੀ ਜਿਹੜੇ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਸਰ ਚੰਨੀ ਸਾਹਿਬ ਆਏ ਨੇ ਤੇ ਉਹਨਾਂ ਕੋਲ ਤੁਸੀਂ ਆਪਦੇ ਹੱਕਾਂ ਲਈ ਆਏ ਜੀ ਸਰ ਜੀ ਸਰ ਜਦੋਂ ਅਸੀਂ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਾਂ ਆਰਾਮ ਦੇ ਨਾਲ ਫਿਰ ਵੀ ਸਾਡੇ 'ਤੇ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਸਰ ਦੱਸੋ ਜਦੋਂ ਅਸੀਂ ਸੈਕੰਡ 2 ਟੈਸਟ ਕਲੀਅਰ ਕਰ ਲਏ ਉਸ ਤੋਂ ਇਲਾਵਾ ਅਸੀਂ ਕੀ ਕਰੀਏ ਜਿਹੜੇ ਗਵਰਨਮੈਂਟ ਦੇ 2 ਟੈਸਟ ਰੱਖੇ ਗਏ ਸਰ ਫਸਟ ਟੈਸਟ ਟੀਚਰ ਐਲੀਜੀਬਲ ਟੈਸਟ ਉਸ ਤੋਂ ਬਾਅਦ ਸੈਕੰਡ ਪੇਪਰ ਰੱਖਿਆ ਗਿਆ ਅਸੀਂ ਦੋਨੋਂ ਪੇਪਰ ਕਲੀਅਰ ਕਰ ਲਏ ਤਾਂ ਉਸ ਤੋਂ ਬਾਅਦ ਵੀ ਸਾਨੂੰ ਜਿਹੜੀ ਜੁਆਇਨਿੰਗ ਨਹੀਂ ਕਰਾਈ ਜਾ ਰਹੀ ਸਰ ਸਾਡੀ ਸਿਲੈਕਸ਼ਨ ਲਿਸਟ ਅਪਲੋਡ ਕਰ ਦਿਓ ਅਤੇ ਸਾਡੀ ਬਸ ਇੱਕੋ ਮੰਗ ਹੈ ਸਾਨੂੰ ਜਲਦੀ ਤੋਂ ਜਲਦੀ ਜੁਆਇਨ ਕਰਾਇਆ ਜਾਏ ਅਸੀਂ ਦੋ ਟੈਸਟ ਦੇ ਚੁੱਕੇ ਹਾਂ ਹੁਣ ਅਸੀਂ ਅੱਕ ਚੁੱਕੇ ਹਾਂ ਇਹਨਾਂ ਨਾਲ ਮੀਟਿੰਗਾਂ ਕਰ ਕਰਕੇ ਬਹੁਤ ਮੀਟਿੰਗਾਂ ਹੋਈਆਂ ਨੇ ਸਿਰਫ ਲਾਰੇ ਹੀ ਮਿਲੇ ਨੇ ਲਾਰਿਆਂ ਤੋਂ ਇਲਾਵਾ ਸਾਨੂੰ ਕੁਛ ਵੀ ਨਹੀਂ ਮਿਲਿਆ ਅੱਜ ਸਾਡੀ ਆਹੀ ਮੰਗ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਜੁਆਇਨ ਕਰਾਇਆ ਜਾਏ ਭਰਤੀਆਂ ਨਿਕਲਦੀਆਂ ਨੇ ਸਟੇਅ ਲਗਵਾ ਦਿੱਤੇ ਜਾਂਦੇ ਨੇ ਸਰਕਾਰਾਂ ਦੇ ਆਪਦੇ ਹੀ ਕੰਮ ਹੁੰਦੇ ਨੇ ਇਹ ਸਭ ਬਸ ਇਹਨਾਂ ਦਾ ਇੱਕੋ ਇੱਕ ਮਕਸਦ ਆ ਹੁੰਦਾ ਹੈ ਕਿ ਬਸ ਅਸੀਂ ਰੁਜ਼ਗਾਰ ਨਾ ਦੇਈਏ ਹਾਂਜੀ ਸਰ ਅਸੀਂ ਪਿੱਛੋਂ ਆ ਰਹੇ ਸੀ ਬਹੁਤ ਜ਼ਿਆਦਾ ਇਹਨਾਂ ਨੇ ਕੁੱਟਿਆ ਆ ਕਈ ਭੈਣਾਂ ਦੇ ਬਹੁਤ ਜ਼ਿਆਦਾ ਚੋਟਾਂ ਲੱਗੀਆਂ ਨੇ ਐਂਡ ਇੱਥੇ ਸਾਡੇ ਇੱਕ ਵੀਰ ਹੈਗੇ ਆ ਜਿਨ੍ਹਾਂ ਦੇ ਸਿਰ 'ਤੇ ਵੀ ਬਹੁਤ ਜ਼ਿਆਦਾ ਚੋਟ ਲੱਗੀ ਹੈ ਬਹੁਤ ਹੀ ਅਸੀਂ ਇਸ ਗੱਲ ਦੀ ਬਹੁਤ ਹੀ ਨਿੰਦਾ ਕਰਦੇ ਹਾਂ ਗੌਰ ਨਿੰਦਾ ਕਰਦੇ ਹਾਂ ਅਸੀਂ